ਕਹਨੇ ਹੁੰਦੇ ਨਾ ਤੂੰ ਕੌਣ ਮੈਂ ਖਾਮ ਖਾ ਉਹ ਕੰਮ ਆ ਬਾਈ ਇਹਨਾਂ ਦਾ ਸੁਸਾਸਰੀ ਗੱਲ ਬਾਈ ਸਾਰਿਆਂ ਨੂੰ ਹੂਪਸ ਹੂ ਸਾਰੇ ਜਣੇ ਬਿਲਕੁਲ ਠੀਕ ਹੋਮੋਗੇ ਬਾਈ ਅੱਜ ਸਵੇਰ ਗਾਣਾ ਆਇਆ ਹੈਗਾ ਬਾਈ ਦੀ ਵਾਰ ਆਈ ਆ ਹਨਾ ਤੇ ਉਹ ਜਿਹੜੀ ਵਾਰ ਸੀਗੀ ਬਾਈ ਸਟਾਰਟ ਹੋਣ ਸਾਰੀ ਜਦੋਂ ਮੰਨ ਕੇ ਚੱਲੋ ਪ੍ਰੀਮੀਅਰ ਸਟਾਰਟ ਹੋਇਆ ਸੀਗਾ 2,70,000 ਬੰਦਾ ਦੇਖ ਰਿਹਾ ਸੀਗਾ ਬਾਈ ਉਹ ਵੀਡੀਓ ਨੂੰ ਜੋ ਕਿ ਬਹੁਤ ਜਿਆਦਾ ਵੱਡੀ ਗੱਲ ਆ ਬਾਈ 2,70,000 ਬੰਦੇ ਨੂੰ ਜੇ ਆਪਾਂ ਮਤਲਬ ਐ ਖੜਾ ਦੇਣਾ ਹੋਵੇ ਨਾ ਤੇ ਉੱਥੇ ਦੇਖਾਂਗੇ ਤਾਂ ਬਹੁਤ ਵੱਡਾ ਮਤਲਬ ਗਰਾਊਂਡ ਹੁੰਦਾ ਉਹ ਵੀ ਭਰ ਜੂਗਾ ਹਨਾ ਬਹੁਤ ਜਿਆਦਾ ਲੋਕ ਹੁੰਦੇ ਆਗੇ 2,70,000 ਤੇ 2,70,000 ਬੰਦਾ ਪ੍ਰੀਮੀਅਰ ਦੇਖ ਰਿਹਾ ਸੀ ਜਦੋਂ ਵੀਡੀਓ ਪ੍ਰੀਮੀਅਰ ਹੋ ਰਹੀ ਸੀਗੀ ਹਨਾ ਤੇ ਬਹੁਤ ਵੱਡੀ ਗੱਲ ਆ ਬਾਈ ਇਹ ਤੇ ਉਸ ਤੋਂ ਬਾਅਦ ਚੋ ਬਾਈ ਜਦੋਂ 27 ਮਿੰਟਾਂ ਬਾਅਦ ਮੈਂ ਚੈੱਕ ਕੀਤਾ ਤਾਂ 1.2 ਮਿਲੀਅਨ ਵਿਊ ਹੋ ਚੁੱਕੇ ਸੀਗੇ ਬਾਈ 1.2 ਮਿਲੀਅਨ ਵਿਊ ਬਹੁਤ ਜ਼ਿਆਦੇ ਵੱਡੀ ਗੱਲ ਆ ਬਾਈ 27 ਮਿੰਟਾਂ ਦੇ ਵਿੱਚ ਹਜੇ ਅੱਧਾ ਘੰਟਾ ਵੀ ਨਹੀਂຊਿਆ ਹੋਇਆ ਤੇ ਇਸ ਮੇਰੇ ਸੁਣਨ ਚ ਇਹ ਗੱਲ ਵੀ ਆਈ ਆ ਵੀ 1 ਮਿਲੀਅਨ ਵਿਊ ਸਿਰਫ 18 ਮਿੰਟਾਂ 'ਚ ਕਰਤਾ ਸੀ ਬਾਈ ਇਹ ਵੀਡੀਓ ਨੇ ਜੋ ਕਿ ਬਹੁਤ ਜ਼ਿਆਦੇ ਵੱਡੀ ਗੱਲ ਆ ਤੇ ਬਾਕੀ ਬਾਈ ਜਿਹੜੇ ਇਹ ਅਪਡੇਟ ਹੁੰਦੇ ਹੁੰਦੇ ਆ ਨਾ ਵਿਊ ਉਹ ਲੇਟ ਹੀ ਹੁੰਦੇ ਹੁੰਦੇ ਆ ਵਿਊ ਇਦੋਂ ਵੀ ਵੱਧ ਹੋਗੇ ਹੋਣਗੇ ਪਰ ਬਈ ਅਪਡੇਟ YouTube ਕਰਨ ਦੇ ਟਾਈਮ ਲਾ ਆਂਦਾ ਤੇ ਜਦੋਂ ਆਪਾਂ ਬਈ 3 ਘੰਟੇ ਬਾਅਦ ਇਹ ਵੀਡੀਓ ਨੂੰ ਦੇਖਿਆ ਤਾਂ 3 ਘੰਟੇ ਬਾਅਦ ਇਹ ਵੀਡੀਓ ਤੇ 3 ਮਿਲੀਅਨ ਵਿਊ ਆ ਚੁੱਕੇ ਸੀਗੇ ਜੋ ਕਿ ਬਹੁਤ ਜ਼ਿਆਦਾ ਵੱਡੀ ਗੱਲ ਆ ਤੇ ਇਹ ਵੀਡੀਓ ਬਈ 3 ਘੰਟੇ ਜੀ ਟ੍ਰੈਂਡਿੰਗ ਚ ਆ ਗਈ ਸੀ ਪਹਿਲੇ ਨੰਬਰ ਤੇ ਟ੍ਰੈਂਡ ਕਰ ਰਹੀ ਸੀ ਇਹ ਵੀਡੀਓ 3 ਘੰਟਿਆਂ ਦੇ ਵਿੱਚ ਆਉਣ ਤੇ ਮਤਲਬ ਆਪਣੇ ਆਪ ਚ ਇੱਕ ਰਿਕਾਰਡ ਆ ਬਈ ਬਹੁਤ ਵੱਡੀ ਗੱਲ ਆ ਤੇ ਜਦੋਂ ਆਪਾਂ ਇਹ ਵੀਡੀਓ ਨੂੰ 5 ਘੰਟੇ ਬਾਅਦ ਚੈੱਕ ਕੀਤਾ ਤਾਂ ਇਹ ਵੀਡੀਓ ਤੇ 5 ਮਿਲੀਅਨ ਵਿਊ ਆ ਚੁੱਕੇ ਸੀਗੇ ਹਰੇਕ ਘੰਟੇ 1 ਮਿਲੀਅਨ ਵਿਊ ਆ ਰਿਹਾ ਬਈ ਇਹ ਵੀਡੀਓ ਤੇ ਜੋ ਕਿ ਆਪਦੇ ਆਪ ਵਿੱਚ ਬਹੁਤ ਜ਼ਿਆਦਾ ਵੱਡੀ ਗੱਲ ਆ ਬਈ ਤੇ ਇੱਥੋਂ ਆਪਾਂ ਨੂੰ ਪਤਾ ਲੱਗਦਾ ਵੀ ਸਿੱਧੂ ਆਪਦੀ ਜ਼ਿੰਦਗੀ ਚ ਕੀ ਖੱਟ ਕੇ ਗਿਆ ਤੇ ਇੰਨਾ ਬਈ ਪਿਆਰ ਸਤਿਕਾਰ ਹਨ ਹਰੇਕ ਬੰਦੇ ਦੀ ਝੋਲੀ ਚ ਨਹੀਂ ਪੈਂਦਾ ਹਨ ਸੋ ਆਪਾਂ ਵੀ ਮਰ ਜਾਣਾ ਸਾਰਿਆਂ ਨੇ ਚੱਲ ਜਾਣਾ ਹਨ ਪਰ ਬਈ ਇੰਨਾ ਪਿਆਰ ਆ ਜਿਹੜਾ ਬਈ ਸਿੱਧੂ ਬਾਈ ਨੇ ਹਾਸਲ ਕੀਤਾ ਹਨ ਉਹਨਾਂ ਕੋਈ ਨਹੀਂ ਕਰ ਸਕਦਾਗਾ ਸੋ ਬਈ ਜਿੰਨੇ ਵੀ ਕੰਮ ਕੀਤੇ ਬੰਦੇ ਨੇ ਸਾਰੇ ਰਿਕਾਰਡ ਹੀ ਬਣਿਆ ਉਹਦੇ ਬਹੁਤ ਛੋਟੀ ਉਮਰ 'ਚ ਬਹੁਤ ਵੱਡੀਆਂ-ਵੱਡੀਆਂ ਪ੍ਰਾਪਤੀਆਂ ਕਰ ਗਿਆ ਯਾਰ ਉਹ ਬੰਦਾ ਤੇ ਬਾਕੀ ਬਈ ਜੇ ਆਪਾਂ ਗੱਲ ਕਰੀਏ ਆ ਮੁ슬ਮਾਨਾਂ ਨੂੰ ਪਰਹਾ ਮਾਦੀ ਹਨਾ ਸੋ ਬਹੁਤ سارے ਮੁ슬ਮਾਨ ਪਰਹਾਗੇ ਜਿਹੜੇ ਆਪਣੀ ਵੀਡੀਓ ਥੱਲੇ ਕਮੈਂਟ ਕਰ ਰਹੇ ਸੀਗੇ ਵੀ ਸਾਡੇ ਬਾਰੇ ਗਲਤ ਬੋਲਿਆਗਾ ਜੀ ਸਾਡੇ ਬਾਰੇ ਇਹ ਆ ਬੋਆ ਹਨਾ ਸੋ ਉਹਨਾ ਬੰਦਿਆਂ ਨੂੰ ਮੈਂ ਇਹ ਗੱਲ ਦੱਸਣੀ ਚਾਹੁੰਦਾ ਵੀ ਜਦੋਂ ਦੀ ਇਹ ਗੱਲ ਆ ਬਈ ਜਦੋਂ ਦੀ ਸਿੱਧੂ ਬਾਈ ਗੱਲ ਕਰ ਰਿਹਾ ਨਾ ਉਦੋਂ ਪਾਕਿਸਤਾਨ ਬਣਿਆ ਹੀ ਨਹੀਂ ਸੀਗਾ ਠੀਕ ਆ ਸੋ ਬਹੁਤ ਸਾਰੇ ਪਾਕਿਸਤਾਨ ਦੇ ਫੈਨ ਆ ਕਿ ਸਿੱਧੂ ਬਾਈ ਦੇ ਹਨਾ ਸਿੱਧੂ ਬਾਈ ਵੀ ਇਹ ਗੱਲ ਜਾਣਦਾ ਸੀ ਸੋ ਇਸ ਕਰਕੇ ਉਹ ਆਪ ਦਾ ਨੁਕਸਾਨ ਤਾਂ ਥੋੜੀ ਕਰਾਊਗਾ ਹਨਾ ਸੋ ਸਮਝੋ ਬਈ ਇਹ ਗੱਲ ਨੂੰ ਉਹਨੇ ਥੋੜੇ ਬਾਰੇ ਕੁਝ ਨਹੀਂ ਬੋਲੀ ਬਈ ਉਹ ਲਾਈਨ 'ਚ ਹਨਾ ਉਹਦੇ ਲਾਈਨ ਦੇ ਵਿੱਚ ਕਿਹਾ ਗਿਆ ਅਫਗਾਨ ਤੇ ਖਾਨ ਹਨਾ ਅਫਗਾਨਾਂ ਤੇ ਖਾਨਾਂ ਵਾਲੀ ਜਿਹੜੀ ਗੱਲ ਆਗੀ ਹਨਾ ਉਹ ਬਈ ਦੋਸਤ ਮੁਹੰਮਦ ਖਾਨ ਨੂੰ ਕਹੀ ਗਈ ਆ ਤੁਸੀਂ ਬੈਟਲ ਆਫ ਜਮਰੋਦ ਸਰਚ ਕਰੋਗੇ ਗੂਗਲ ਤੇ ਤੁਹਾਨੂੰ ਫੇਰ ਪਤਾ ਲੱਗੂਗਾ ਇੱਕ ਸਾਈਡ ਹਰੀ ਸਿੰਘ ਨਲੂਆ ਸੀਗੇ ਦੂਜੀ ਸਾਈਡ ਸੀਗਾ ਦੋਸਤ ਮੁਹੰਮਦ ਖਾਨ ਠੀਕ ਆ ਉਹਨਾਂ ਨੇ ਇਸ ਕਰਕੇ ਸਿੱਧੂ ਨੇ ਇਹ ਲੈਣ ਗਈ ਸੀਗੀ ਵੀ ਮੁਹੰਮਦਾਂ ਤੇ ਖਾਨਾਂ ਵਾਲੀ ਹਨਾ ਸੋ ਉਹਦਾ ਕੋਈ ਇੰਟੈਂਸ਼ਨ ਉਹਦੀ ਇਹ ਨਹੀਂ ਸੀਗੀ ਵੀ ਤੁਹਾਨੂੰ ਗਲਤ ਬੁੱਲਣਾ ਹਨਾ ਕਿਉਂਕਿ ਉਦੋਂ ਤਾਂ ਪੰਜਾਬ ਦਾ ਹੀ ਹਿੱਸਾ ਸੀਗਾ ਪਾਕਿਸਤਾਨ ਹਨਾ ਸੋ ਪਾਕਿਸਤਾਨ ਨਾਲ ਲੜਨ ਦਾ ਤਾਂ ਕੋਈ ਮਤਲਬ ਹੀ ਨਹੀਂ ਬਣਿਆ ਹਨਾ ਸੋ ਸਮਝੋ ਬਈ ਇਹ ਗੱਲ ਨੂੰ ਹਨਾ ਤੇ ਇਹ ਗੱਲ ਨੂੰ ਹੋ ਸਕਦਾ ਵਧਾ ਜੜਾ ਕੇ ਵੀ ਦੱਸਿਆ ਜਾਵੇ ਤਾਂ ਕਿ ਨਫ਼ਰਤ ਫੈਲੇ ਆ ਤੁਸੀਂ ਨਹੀਂ ਫੈਲਣ ਦੇਣੀ ਬਾਈ ਸਮਝੋ ਇਹ ਗੱਲ ਨੂੰ ਯਾਰ ਸਿੱਧੂ ਨੂੰ ਆਪ ਨੂੰ ਪਤਾ ਸੀ ਆ ਵੀ ਐਡੀ ਵੱਡੀ ਫੈਨ ਫਾਲੋਇੰਗ ਆ ਦੀ ਪਾਕਿਸਤਾਨ ਚ ਤੇ ਉਹ ਕਿਉਂ ਗਲਤ ਬੋਲੂਗਾ ਬਾਈ ਤੁਹਾਨੂੰ ਹਨਾ ਤੇ ਸਮਝੋ ਬਈ ਇਹਨਾਂ ਗੱਲਾਂ ਨੂੰ ਤੇ ਜਿਹਨੂੰ ਮੰਨ ਕੇ ਚੱਲੂ ਕਿਸੇ ਵੀ ਬੰਦੇ ਨੇ ਹੁਣ ਸਿੱਧੂ ਨੇ ਇਹ ਗੱਲ ਕਹਿਣੀ ਸੀਗੀ ਹਨਾ ਵੀ ਦੂਜੇ ਪਾਸੇ ਦੋਸਤ ਮੁਹੰਮਦ ਖਾਨ ਨੂੰ ਇਹ ਗੱਲ ਕਹਿਣੀ ਸੀ ਸੋ ਉਹ ਸਿੱਧੀ ਨਹੀਂ ਸੀ ਕਹਿ ਸਕਦਾ ਜੋ ਸਿੱਧੀ ਕਹਿਣ ਦੀ ਕੋਸ਼ਿਸ਼ ਕਰਦਾ ਤਾਂ ਮਤਲਬ ਉਹ ਗਾਣੇ ਦੇ ਵਿੱਚ ਬੋਲੀ ਨਹੀਂ ਸੀ ਯਾਨੀ ਗਾਈ ਨਹੀਂ ਸੀ ਯਾਨੀ ਹਨਾ ਸੋ ਉਹਨੂੰ ਗਾਣਯੋਗ ਬਣਾਉਣ ਲਈ ਵੀ ਇਹ ਚੀਜ਼ ਨੂੰ ਆਪਾਂ ਗਾ ਸਕੀਏ ਹਨਾ ਉਹਨੂੰ ਥੋੜਾ ਬਹੁਤਾ ਘਮਾਉਣਾ ਪੈਂਦਾ ਸੋ ਉਹ ਘਮਾਉਣ ਦੇ ਚੱਕਰ ਜੀ ਥੋੜਾ ਜਿਆਦਾ ਜਾਦੇ ਕੋਈ ਮੰਗੀ ਗੱਲ ਤੇ ਜਿਹਦੇ ਕਰਕੇ ਮਤਲਬ ਅ ਮਤਲਬ ਗਲਤੀ ਨਿਕਲਣਾ ਲੱਗ ਗਿਆ ਜੀ ਇਹਦੇ ਸੋ ਬਾਈ ਗਲਤ ਨਹੀਂ ਸੋਚਣਾ ਕਿਸੇ ਨੇ ਠੀਕ ਆ ਹੇਟ ਨਹੀਂ ਫਲਾਉਣੀ ਬਾਈ ਤੁਨੂੰ ਵੀ ਪਤਾ ਸਾਨੂੰ ਵੀ ਪਤਾ ਬਾਈ ਚੜ੍ਹਦੇ ਪੰਜਾਬ ਦਾ ਤੇ ਲੈਂਦੇ ਪੰਜਾਬ ਦਾ ਪੰਜਾਬ ਇੱਕੋ ਹੀ ਆ ਕੱਲਾ ਪੰਜਾਬ ਹੀ ਵੰਡਿਆ ਗਿਆ ਸੀ 47 ਦੇ ਵਿੱਚ ਹਨਾ ਬਾਕੀ ਦਾ ਸਾਰਾ ਦੇਸ਼ ਉਹ ਜੇ ਦਾ ਉਹ ਜਾ ਪਿਆ ਸੀਗਾ ਕੱਲਾ ਪੰਜਾਬ ਦੀ ਵੰਡ ਹੋਈ ਆ ਠੀਕ ਆ ਸੋ ਸਮਝੋ ਬਈ ਇਹ ਗੱਲ ਨੂੰ ਐਵੇਂ ਨਫ਼ਰਤ ਨਹੀਂ ਫਲਾਉਣੀ ਹੇਟ ਨਹੀਂ ਫਲਾਉਣੀ ਬਾਈ ਤੇ ਅਸੀਂ ਬਹੁਤ ਪਿਆਰ ਕਰਦੇ ਹਾਂ ਤੁਹਾਨੂੰ ਅਸੀਂ ਭਰਾ ਮੰਨਦੇ ਹਾਂ ਤੁਸੀਂ ਵੀ ਭਰਾ ਮੰਨੋ ਠੀਕ ਆ ਸਿੱਧੂ ਬਾਈ ਵੀ ਭਰਾ ਮੰਨਦਾ ਸੀ ਤੁਹਾਨੂੰ ਤੁਸੀਂ ਵੀ ਸਿੱਧੂ ਬਾਈ ਨੂੰ ਭਰਾ ਮੰਨਦੇ ਸੀ ਇਹ ਗੱਲ ਨੂੰ ਵੀ ਮੰਨਦੇ ਆ ਸੋ ਸਮਝੋ ਬਈ ਇਹ ਗੱਲ ਨੂੰ ਠੀਕ ਆ ਨਾ ਗਲਤ ਨਹੀਂ ਲੈ ਕੇ ਜਾਣਾ ਕਿਸੇ ਨੇ ਵੀ ਇਹ ਚੀਜ਼ ਨੂੰ ਤੇ ਬਾਕੀ ਬਈ ਜਿਹੜੀਆਂ ਆਹ ਵਾਲੀਆਂ ਲਾਈਨਾਂ ਸੀਗੀਆਂ ਅਫਗਾਨਾਂ ਨੇ ਸਲਵਾਰਾ ਪਾਉਣੀਆਂ ਸ਼ੁਰੂ ਕਰ ਦਿੱਤੀ ਅਸੀਂ ਕਿ ਅਸੀਂ ਔਰਤਾਂ ਲਗਾ ਕੇ ਇਹ ਲਾਈਨਾਂ ਫਤੇ ਸਿੰਘ ਵੱਲੋਂ ਬੋਲੀਆਂ ਗੰਗਾ ਸੀਗੀਆਂ ਫਤੇ ਸਿੰਘ ਉਹਨਾਂ ਦਾ ਇੱਕ ਚੈਨਲ ਹੈਗਾ ਪੰਜਾਬੀ ਅੱਡਾ 247 ਨਾਂ ਤੇ ਠੀਕ ਆ ਸੋ ਉਹ ਚੈਨਲ ਤੇ ਬਈ ਉਹ ਵੀਡੀਓ ਬਣਾਉਂਦੇ ਆ ਪੀਸੀਐਸ ਦੀ ਤਿਆਰੀ ਕਰਾਉਂਦੇ ਆ ਹੋਰ ਇਗਜ਼ਾਮਾਂ ਦੀ ਤਿਆਰੀ ਕਰਾਉਂਦੇ ਆ ਤੇ ਉਸ ਉੱਥੇ ਉਹਨਾਂ ਨੇ ਇੱਕ ਵੀਡੀਓ ਪਾਈ ਸੀ ਉਹ ਵੀਡੀਓ ਦੇ ਵਿੱਚ ਬਈ ਆਹ ਲਾਈਨਾਂ ਬੋਲੀਆਂ ਗੰਗਾ ਸੀਗੀਆਂ ਤੇ ਸਿੱਧੂ ਦੀ ਟੀਮ ਵੱਲੋਂ ਬਈ ਇਹ ਜਿਹੜੀਆਂ ਲਾਈਨਾਂ ਸੀਗੀਆਂ ਇਹਨਾਂ ਨੂੰ ਉੱਥੋਂ ਚੱਕ ਕੇ ਆਪਦੇ ਗਾਣੇ ਦੇ ਵਿੱਚ ਪਾਇਆ ਗਿਆ ਜੋ ਕਿ ਬਈ ਫਤੇ ਸਿੰਘ ਲਈ ਵੀ ਬਹੁਤ ਫਖਰ ਦੀ ਗੱਲ ਆ ਵੀ ਹਾਂ ਵੀ ਸਾਡੀ ਜਿਹੜੀ ਵਾਦਾ ਬਈ ਇਹ ਲੋਕਾਂ ਤੱਕ ਪਹੁੰਚੀ ਹਨ ਤੇ ਮਤਲਬ ਮੈਂ ਕਹਿੰਦਾ ਵੀ ਹੋਰ ਵੀ ਜਿੰਨੇ ਬੰਦੇ ਨਹੀਂ ਵੀ ਜਾਣਦੇ ਸੀਗੇ ਵੈਸੇ ਤਾਂ ਬਾਈ ਦੀ ਆਪ ਦੀ ਬਹੁਤ ਵੱਡੀ ਫੈਨ ਫੋਲੋਇੰਗ ਹੈ ਉਹਨਾਂ ਦੀ ਪਰ ਮਤਲਬ ਜਿਹੜੇ ਬੰਦੇ ਨਹੀਂ ਜਾਣਦੇ ਸੀਗੇ ਉਹਨਾਂ ਤੱਕ ਵੀ ਇਸ ਗੀਤ ਦੇ ਰਾਹੀ ਹਨਾ ਤੇ ਉਹਨਾਂ ਦੀ ਵਿਵਾਦ ਪਹੁੰਚੀ ਸੋ ਬਹੁਤ ਵਧੀਆ ਗੱਲ ਲੱਗੀ ਇਹ ਤੇ ਬਾਕੀ ਬਈ ਇਹ ਵਾਰ ਦਾ ਵਿਰੋਧ ਯਾਰ ਸ਼ਿਵਸਨ ਵਾਲੇ ਖਾਮਖਾਈ ਕਰੀ ਜਾਂਦੇ ਆ ਉਹਨਾਂ ਨੂੰ ਇਹ ਗਾਣੇ ਦੇ ਵਿੱਚ ਕੁਝ ਕਿਹਾ ਨਹੀਂ ਲੈਣਾ ਨਹੀਂ ਦੇਣਾ ਨਹੀਂ ਹਨਾ ਸੋ ਸੰਨੇ ਸਾਨੀ ਦੱਬੀ ਜਾਂਦੇ ਕੰਮ ਹੁਣ ਹੋਰ ਕੋਈ ਬਹਾਨਾ ਨਹੀਂ ਨਾ ਮਿਲਿਆ ਗਾਣੇ ਦੇ ਵਿੱਚ ਬੋਲਣ ਨੂੰ ਹਨਾ ਇਸ ਕਰਕੇ ਕਹਿੰਦੇ ਟਵੀਟ ਕਰਕੇ ਕਹਿੰਦੇ ਵੀ ਇਹ ਗੱਲ ਆਪਦੇ ਗਾਣਿਆਂ ਦੇ ਵਿੱਚ ਜੀ ਪੁੱਠਾ ਸਿੱਧਾ ਬੋਲਦਾ ਇਹ ਆ ਉਹ ਆ ਫਲਾਣਾ ਢਿੰਗਾ ਹੁਣ ਹੋਰ ਤਾਂ ਕੁਝ ਰਹਿਣਾ ਨਹੀਂ ਕਿਉਂਕਿ ਗਾਣੇ ਦੇ ਵਿੱਚ ਉਹਨੇ ਕੁਝ ਬੋਲਿਆ ਹੀ ਨਹੀਂ ਸਿੱਧੂ ਨੇ ਇਹਨਾਂ ਬਾਰੇ ਹਨਾ ਪਰ ਫਿਰ ਵੀ ਬਈ ਕੁਈ ਹੱਲ ਨਹੀਂ ਬਾਈ ਇਹਨਾਂ ਦਾ ਮਤਲਬ ਕਹਿੰਦੇ ਹੁੰਦੇ ਨਾ ਤੂੰ ਕੌਣ ਮੈਂ ਖਾਂ ਮਖਾ ਉਹ ਕੰਮ ਆ ਬਾਈ ਇਹਨਾਂ ਦਾ ਤੇ ਬਸ ਬਈ ਇਹੀ ਸੀਗੀ ਆਪਣੀ ਅੱਜ ਦੀ ਵੀਡੀਓ ਤੇ ਬਾਕੀ ਬਈ ਯਾਰ ਅਗਲੀ ਵੀਡੀਓ ਦੇ ਵਿੱਚ ਹਨਾ ਆਪਾਂ ਹਰੀਜੰਗਨ ਅੜੂਆ ਜੀ ਬਾਰੇ ਨਾਲ ਜੁੜੀਆਂ ਹੋਈਆਂ ਤਿੰਨ ਚਾਰ ਇਹੋ ਜਿਹੀਆਂ ਘਟਨਾਵਾਂ ਦਾ ਜ਼ਿਕਰ ਕਰਾਂਗੇ ਨਾ ਜਿਹੜੀਆਂ ਨੂੰ ਮਤਲਬ ਹਰੇਕ ਬੰਦੇ ਨੂੰ ਪਤਾ ਹੋਣੀਆ ਜ਼ਰੂਰੀ ਆ ਬੇਸਿਕ ਗੱਲਾਂ ਆ ਇਹਾਂ ਉਹ ਗੱਲਾਂ ਜ਼ਰੂਰ ਪਤਾ ਹੋਣੀਆ ਚਾਹੀਦੀਆਂ ਨੈਕਸਟ ਵੀਡੀਓ ਦੇ ਵਿੱਚ ਬਈ ਆਪਾਂ ਫੇਰ ਮਿਲਦੇ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਨਾਲ ਲਗਾ ਘੰਟੀਆ ਬਟਨ ਦਬਰੋ ਤਾਂ ਕਿ ਸਾਡੀ ਆਉਣ ਵਾਲੀ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਦੇਖ ਸਕੋ ਥੈਂਕਸ ਫॉर ਵਾਚਿੰਗ ਗਾਈਜ਼ Sansa steadily, Sansa steadily. steadily.